ਲੁਧਿਆਣਾ ਦੇ ਸਮੂਹ ਮੀਡੀਆ ਭਾਈਚਾਰੇ ਵੱਲੋਂ ਇਕਜੁੱਟ ਹੁੰਦਿਆਂ ਹੋਇਆਂ ਬੀਤੀ ਦਿਨੀ ਯੂਨਾਈਟਿਡ ਪ੍ਰੈਸ ਕਲੱਬ ਦੀ ਸ਼ੁਰੂਆਤ ਕੀਤੀ ਗਈ। ਉਸ ਸਬੰਧ 'ਚ ਰਾਇਲ ਸਿਟੀ ਸ਼ਿਵ ਵਾਟਿਕਾ ਮੰਦਿਰ ਵਿੱਚ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਪੁਲਿਸ ਕਮਿਸ਼ਨਰ RN ਟੋਕੇ ਸ਼ਾਮਿਲ ਹੋਏ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਨਾਲ ਹੀ ਯੂਨਾਈਟਿਡ ਪ੍ਰੈਸ ਕਲੱਬ ਦਾ ਸਟਿੱਕਰ ਵੀ ਜਾਰੀ ਕੀਤਾ। ਇਸ ਦੇ ਨਾਲ ਹੀ ਵਿਧਾਇਕ ਸੰਜੇ ਤਲਵਾਰ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਮਾਂ ਭਗਵਤੀ ਦਾ ਆਸ਼ੀਰਵਾਦ ਲਿੱਤਾ। ਅੱਜ ਜੋ ਯਹਾਂ ਪਰ ਫੰਕਸ਼ਨ ਹੋਇਆ ਹੈ तो उससे मुझे लगता है कि जो पुलिस प्रशासन और प्रेस इनका काफ़ी नज़दीक का रिश्ता इस्टेब्लिश होगा और आज यहाँ पे जो मुझे ब्रदरहुड और सब देखने को मिला है उससे मुझे लगता है कि मतलब आपका जो क्लब बना हुआ है ये बेहतरीन काम पर काम करने वाला है और इसके थ्रू आप जो शहर के लोगों की काफ़ी अच्छी सेवा करोगे और हमारा संबंध आपस में बहुत बेहतरीन रहेगा और एक बेटर एटमॉस्फेयर हम लुधियाना वासियों को दे पाएंगे। लुधियाना तो योगेश कपूर दी रिपोर्ट, चैनल 2।